ਸ਼੍ਰੀਕਾਲ ਜੀ ਸਾਰਿਆਂ ਨੂੰ, ਕੀ ਹਾਲ ਆ ਜੀ ਸਾਰਿਆਂ ਦੇ? ਠੀਕ ਠਾਕ ਹੋ? ਅੱਜ ਆਪਾਂ ਤੁਹਾਨੂੰ ਤੰਗ ਦੇ ਵਿੱਚ ਸਲਾਮਾਂ ਪਾਉਣੀਆਂ ਦਿਖਾਵਾਂਗੇ, ਹਾਊ ਟੂ ਟਾਈ ਨੋਟਸ ਇਨ ਕਾਈਟ। ਆ ਜਾਓ ਜੀ, ਦੇਖੀਏ ਪ੍ਰੋਸੈਸ ਸਾਰਾ ਕੀ ਹੁੰਦਾ। ਤੰਗ ਦੇਖੋ ਪਹਿਲਾਂ, ਤੰਗ ਪੂਰਾ ਘੈਂਟ ਆਪਣਾ। ਆ ਜਾਓ ਜੀ, ਤੁਹਾਨੂੰ ਲੈ ਕੇ ਚੱਲੀ ਨੇੜੇ ਤੋਂ ਨੇੜੇ। ਜਿਹੜੀਆਂ ਤੰਗ ਦੇ ਵਿੱਚ ਮੋਰੀਆਂ ਹੁੰਦੀਆਂ, ਇਹਨਾਂ ਨੂੰ ਵੈਸੇ ਤਾਂ ਆਪਾਂ ਜ਼ਿਆਦਾਤਰ ਐਂ ਰਗੜ ਕੇ ਕੱਢਦੇ ਹਾਂ। ਇੱਥੋਂ ਰਗੜ ਲਓ, ਇੱਥੋਂ ਰਗੜ ਲਓ। ਅਸੀਂ ਪਹਿਲਾਂ ਹੀ ਕੱਢੀਆਂ ਹੋਈਆਂ ਸੀ ਮੋਰੀਆਂ, ਦਿਖਾਓ। ਅਸੀਂ ਪਹਿਲਾਂ ਹੀ ਕੱਢ ਰੱਖੀਆਂ ਸੀਗੀਆਂ ਆਹ ਦੋਨੋਂ ਚੀਜ਼ਾਂ ਰਗੜ ਕੇ, ਅਤੇ ਫਿਰ ਇਹਨਾਂ ਨੂੰ ਐਂ ਕਰੋ। ਆਹ ਆਪਣੀ ਹੈਗੀ ਹੈ ਤਲਾਮ, ਆਹ ਸੀ। ਇਹ ਤੁਹਾਡੀ ਤੰਗ ਤੋਂ ਥੋੜ੍ਹੀ ਜਿਹੀ ਵੱਡੀ ਹੋਣੀ ਚਾਹੀਦੀ, ਅਸੀਂ ਜ਼ਿਆਦਾ ਵੱਡੀ ਲੈ ਲਈ। ਇੰਨੀ ਸਾਈਜ਼, ਇੰਨੀ ਲੈਂਥ ਹੈ ਇਹਦੀ। ਲਓ ਜੀ, ਦਿਖਾਈਏ। ਲਓ ਜੀ, ਇਹ ਡੋਰ ਨਾ ਪਿੱਛੋਂ ਆਈ ਸੀ ਤੰਗ ਦੇ ਨਾਲ। ਇਹ ਅਸੀਂ ਥੱਲੇ ਨਹੀਂ ਸਿੱਟਦੇ ਜਾਂ ਗੁੰਝਲ ਬਣਾ ਕੇ ਕੋਈ ਗਲੀ 'ਚ ਨਹੀਂ ਸਿੱਟਦੇ ਵੀ ਕਿਸੇ ਦੇ ਗਲ 'ਚ ਨਾ ਪੈ ਜਾਵੇ, ਇਸ ਲਈ ਅਸੀਂ ਤੰਗ 'ਚ ਤਲਾਮ ਪਾਉਣ ਨੂੰ ਯੂਜ਼ ਕਰ ਲਈਏ ਡੋਰ। ਅਤੇ ਇਹਦੀ ਪ੍ਰੋਸੈਸ ਆਪਾਂ ਪੂਰਾ ਤੁਹਾਨੂੰ ਦਿਖਾ ਰਹੇ ਹਾਂ, ਦੇਖੋ ਜੀ, ਚੈੱਕ ਕਰੋ। ਦੋ ਗੰਢਾਂ ਇੱਥੇ ਬੰਨਤੀਆਂ ਅਤੇ ਦੋ ਹੀ ਆਪਾਂ ਪਿੱਛੇ ਬੰਨਾਂਗੇ, ਜ਼ਿਆਦਾ ਗੰਢਾਂ ਦੀ ਲੋੜ ਨਹੀਂ ਹੁੰਦੀ। ਜਦੋਂ ਆਪਾਂ ਧਾਗੇ ਵਾਲੀ ਡੋਰ ਨਾਲ ਤਲਾਵਾਂ ਪਾਉਂਦੇ ਹਾਂ, ਜਿਹੜੀ ਆਪਣੀ ਚਰਖੜੀ 'ਚੋਂ ਨਿਕਲਦੀ ਆ, ਉਹ ਵੈਸੇ ਅਸੀਂ ਸਾਰੇ ਤੰਗਾਂ 'ਚੋਂ ਉਹਦੀ ਪਾਉਣੇ ਹੁੰਦੇ ਹਾਂ ਬਸੰਤ ਇੱਕ ਦਿਨ ਪਹਿਲਾਂ ਚਰਖੜੀ 'ਚੋਂ ਕੱਢ ਕੇ। ਇਹ ਤਾਂ ਹੁਣ ਅਸੀਂ ਤੰਗ ਤੋਂ ਕਢਾਈ ਜਾਂਦੇ ਸੀਗੇ ਡੋਰ 'ਤੇ, ਪਾਂਡਾ 'ਤੇ, ਪਿੱਛੋਂ ਆ ਗਈ ਡੋਰ, ਇਹ ਉਹਦੇ 'ਤੇ ਤਲਾਵਾਂ ਪਾ ਲਈਆਂ ਸੀ। ਮੈਂ ਕਿਹਾ ਚੱਲ ਪਾਂਡਾ ਕਾਹਨੂੰ ਵੇਸਟ ਕਰਨੀ ਯਾਰ, ਜਿਹੜੀ ਵੇਸਟ ਕਰਨ ਵਾਲੀ ਚੀਜ਼ ਆ ਉਹਨੂੰ ਵੇਸਟ ਕਰੀਏ। ਉਂਗਲਾਂ ਚਿਪ ਗਈਆਂ ਸੀ। ਲਓ ਜੀ, ਆਪਾਂ ਦੋ ਗੰਢਾਂ ਇੱਥੇ ਬਾਹਰਤੀਆਂ, ਇਹ ਬਣ ਜੂਗੀ ਫਿਰ ਤੁਹਾਡੀ ਆਏ। ਹਾਂਜੀ, ਇਹਦੇ ਵੀ ਦੋ ਤਰੀਕੇ ਹੁੰਦੇ, ਆ ਜਾਓ ਤੁਹਾਨੂੰ ਦਿਖਾਈਏ। ਮੇਰੇ ਤਾਂ ਹਵਾ ਬਹੁਤ ਤੇਜ਼ ਚੱਲੀ ਜਾਂਦੀ ਆ। ਇੱਕ ਤਰੀਕਾ ਤਾਂ ਇਹਦਾ ਹੁੰਦਾ, ਪੂਰੀ ਇੱਥੋਂ ਟਾਈਟ ਕਰ ਲਓ, ਇੱਥੋਂ ਇਹਦੇ ਨਾਲ ਮੈਚ ਕਰ ਲਓ, ਅਤੇ ਫਿਰ ਇੱਥੋਂ ਇਹਦੇ ਨਾਲ ਮੈਚ ਕਰ ਲਓ। ਆਹ ਦੋ ਪੁਆਇੰਟ ਜਦੋਂ ਮੈਚ ਹੋ ਜਾਣ ਤਾਂ ਤੁਹਾਡਾ ਸੈਂਟਰ ਆ ਜੂਗਾ, ਆਹ ਚੀਜ਼ ਸੈਂਟਰ। ਅਤੇ ਜੇ ਤੁਸੀਂ ਪਤੰਗ ਨੂੰ ਗੋਤੇ ਖਾਣ ਵਾਲਾ ਬਣਾਉਣਾ ਚਾਹੁੰਦੇ ਹੋ, ਫਿਰ ਇਹਨੂੰ ਤੁਸੀਂ ਥੋੜ੍ਹੀ ਜਿਹੀ ਅੱਗੇ ਇੱਥੇ ਰੱਖ ਸਕਦੇ ਹੋ, ਐਂ ਤਲਾਮ ਨੂੰ ਆਹ ਚੀਜ਼। ਜੇ ਥੋੜ੍ਹਾ ਭਾਰਾ ਰੱਖਣਾ ਪਤੰਗ ਤਾਂ ਇੱਥੇ ਰੱਖ ਸਕਦੇ ਹੋ ਤਲਾਮ, ਅਤੇ ਜੇ ਸ਼ੁੱਧ ਜਿਹਾ ਬਣਾਉਣਾ ਸੈਂਟਰ ਜੇ ਸਿੱਧਾ ਸਰਿਆ ਰਹਿਣ ਵਾਲਾ ਤਾਂ ਆਹ ਚੀਜ਼ ਰੱਖਾਂਗੇ ਆਪਾਂ। ਇਹਨੂੰ ਇੱਥੋਂ ਗੰਢ ਦੇ ਦਾਂਗੇ ਆਪਾਂ। ਲਓ ਜੀ, ਪਤੰਗ ਦੀ ਤਲਾਮ ਹੋ ਗਈ ਰੈਡੀ। ਇਹਨੂੰ ਡਾ ਕੇ ਦਿਖਾਉਣਾ ਤੁਹਾਨੂੰ ਕਿਵੇਂ ਉੱਡਦਾ, ਪਤਾ ਤੰਗ ਆ ਪੂਰਾ। ਚੈੱਕ ਕਰੋ, ਆਪਾਂ ਡਾਵਾਂਗੇ ਇਹਨੂੰ ਅਤੇ ਪੇਚੇ ਲਾਵਾਂਗੇ ਲੋਕਾਂ ਦਾ। ਅੱਜ ਤੁਹਾਨੂੰ ਨਿੱਕਾ ਵਲੋਗ ਲੈ ਕੇ ਹਾਜ਼ਰ ਹਾਂ ਅਸੀਂ ਤੁਹਾਡੇ ਲਈ, ਦੇਖਦੇ ਹਾਂ ਕੀ ਬਣਦਾ। ਇਹ ਤੁਸੀਂ ਜਿਹੜੀ ਪਿੱਛੋਂ ਚਾਈਨਾ ਚੂਨਾ ਡੋਰ ਆਉਂਦੀ ਹੈ ਨਾ, ਇਹਨੂੰ ਅਵੋਇਡ ਕਰਨ ਦਾ ਇਹੀ ਤਰੀਕਾ, ਇਕੱਲੀਆਂ ਤਲਾਵਾਂ ਪਾ ਸਕਦੇ ਹੋ ਤੁਸੀਂ ਪਤੰਗ 'ਚ। ਇਹਦੇ ਨਾਲ ਕਿਸੇ ਦੇ ਨਾ ਤਾਂ ਕੋਈ ਹਾਰਮ ਹੋਵੇ ਕਿਸੇ ਨੂੰ, ਨਾ ਹੀ ਕੋਈ ਪੰਛੀ ਪੁੰਛੀ ਮਰੇ, ਕਿਉਂਕਿ ਤਲਾਵਾਂ 'ਚ ਕਦੇ ਕੋਈ ਜਾਨਵਰ ਨਹੀਂ ਅੜਕਦਾ ਹੁੰਦਾ। ਜਿਹੜੀਆਂ ਸਿਲਵਰ ਫੋਇਲ ਵਾਲੀਆਂ ਚੇਪੀਆਂ ਲੱਗੀਆਂ ਨਾ, ਇਹ ਪਤੰਗ ਪ੍ਰੀਮੀਅਮ ਜਿਹੇ ਹੁੰਦੇ ਆ, ਇਹ ਉੱਡਦੇ ਬਹੁਤ ਸੋਹਣੇ ਆ ਹਵਾ 'ਚ ਆ ਕੇ। ਡਾ ਬਰੋ ਕਰਾਂ, ਦੇਖੀਏ ਡਾ ਦੇ ਵੀ। ਪਹਿਲਾਂ ਪੇਚਾ ਤੂੰ ਹੀ ਲਾਏਗਾ ਹੁਣ, ਹੈ ਹੋਏ ਚੱਲ ਵੀ ਡਾ ਦੇ ਫੁੱਲ ਉੱਚੀ। ਸਾਰ ਕੇ ਦਿਖਾਈ ਪਤੰਗ, ਸਾਰ ਕੇ ਹਵਾ 'ਚ ਲਾ ਨਾ, ਹਵਾ 'ਚ ਉਹ ਦੇਖੋ ਪਤੰਗ ਪੂਰਾ ਸ਼ੁੱਧ ਆਪਣਾ। ਖਿੱਚਾ ਮਾਰ ਕੇ ਦੇਖੀ, ਆਹ ਦੇਖੋ ਇਹ ਪਤੰਗ ਉਡਾਉਣ ਦਾ ਨਜ਼ਾਰਾ ਹੀ ਆ ਜਾਂਦਾ ਹੁੰਦਾ ਯਾਰ। ਚੱਲ ਵੀ ਡਾਰੇ 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 ਡਾਰੇ, ਬਸ ਬਸ ਆਹ ਇਹਦੇ ਨਾਲ ਉੱਤੇ ਉੱਤੇ ਪੇਚਾ ਪਾ ਪੇਚਾ। ਇਹਦਾ ਮੂਹਰੇ ਪਤੰਗ ਬਹੁਤ ਘੱਟ ਉੱਡਦੇ, ਪਰ ਪਿੱਛੇ ਪਿੱਛੇ ਮੱਖੀਆਂ ਵਾਂਗ ਉੱਡਦੇ ਹੁੰਦੇ ਆ, ਮੂਹਰੇ ਥੋੜ੍ਹੀ ਜਿਹੀ ਦਿੱਕਤ ਆਉਂਦੀ ਆ। ਆਹ ਪਤੰਗ ਪੇਚਾ ਲਾਉਣ ਆ ਗਿਆ ਬ੍ਰੋ, ਉੱਤੇ ਧਰੀ ਉੱਤੇ ਧਰੀ, ਦੇਖੀ ਨਵੀਂ ਟੈਸਟ ਕਰਕੇ ਪਾਂਡਾ ਕੀ ਕਹਿੰਦੀ, ਗੋਟ ਵਾਲੀ ਪਾਂਡਾ। ਚੱਲ ਉਹ ਜਾਂਦਾ ਸ਼ੋਕ ਦਾ, ਲੱਗਣ ਹੀ ਗਿਆ ਲੱਗਣੀ। ਨਿਸ਼ੂਦਰ ਪਤੰਗ ਆ ਫਿਰਦਾ।